अवतारा पंचायत के अधीन आते बटियाड़ी के वार्ड नंबर नौ से पंच पद पर जीत हासिल करने वाले सुनील चौधरी को जम्मू के पूर्व मेयर मनमोहन चौधरी ने मुबारकबाद देते हुए सम्मानित किया इस दौरान उन्होंने कहा कि लोगों ने सुनील चौधरी पर पूरा भरोसा जताया है जिसके तहत सुनील भी लोगों की उम्मीदों पर खरा उतरते दिखेंगे मैं सुनील सिंह चौधरी जो वार्ड नंबर नौ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਆਪਣਾ ਕੀਮਤੀ ਬੋੜ ਦੇ ਕੇ ਮੈਨੂੰ ਕੰਮਸ਼ਾਹ ਬਣਾਇਆ। ਉਹਨਾਂ ਦਾ ਸਾਰਿਆਂ ਦਾ ਸ਼ੁਕਰੀਆ। ਕੰਨੇ ਮੇਰੇ ਬਡੇ ਬਜ਼ੁਰਗਿਆਂ ਨੇ ਜਿਨ੍ਹਾਂ ਨੇ ਮੇਰਾ ਸਾਰੇ ਸਾਥ ਦਿੱਤਾ। ਉਹਨਾਂ ਮੈਂ ਚਾਹਨਾ ਕਿ ਜਿਨ੍ਹਾਂ ਨੇ ਮੈਨੂੰ ਆਪਣਾ ਕੀਮਤੀ ਬੋੜ ਦੇ ਕੇ ਮੈਨੂੰ ਕੰਮਸ਼ਾਹ ਬਣਾਇਆ ਉਹਦੀ ਕੋਈ ਵੀ ਪਰੇਸ਼ਾਨੀ ਹੋਵੇ, ਕੁਝ ਵੀ ਹੋਵੇ ਉਹ ਮੇਰੇ ਕੋਲ ਬੇਝਿ ਜਗਾ ਸਕਦੇ ਨੇ। ਮੈਂ ਉਹਨਾਂ ਦੀ ਹਰ ਇੱਕ ਪਰੇਸ਼ਾਨੀ ਦੂਰ ਕਰਾਂਗਾ। ਠੀਕ ਹੈ। ਜੇ ਸਭ ਤੋਂ ਪਹਿਲੇ ਤੇ ਮੈਂ ਜਿਹੜੀ ਇੱਥੇ ਦੀ ਮੱਲਾ ਬਰਾਦਰੀ ਹੈ ਮੈਂ ਉਹਨਾਂ ਨੂੰ ਮੁਬਾਰਕਵਾਦ ਦੇਣਾ। ਕਿ ਉਹਨੇ ਇੱਕ ਕਰਮਟ ਨੇਤਾ ਚੁਣਿਆ ਔਰ ਇਮਾਨਦਾਰ ਆਦਮੀ ਹੈ ਮੈਂ ਸੋਕਿਆ ਇਹੋ ਇੱਕ ਅੱਛੇ ਲੋਕਾਂ ਦੀ ਪਛਾਣ ਹੈ ਕਿ ਅੱਛੇ ਆਦਮੀ ਨੂੰ ਚੁਣ ਕੇ ਅੱਗੇ ਲਿਆਓ ਤਾਂ ਕਿ ਤੁਹਾਡੀ ਹੌਲੀ ਭਾਰੀ ਦੇ ਵਿੱਚ ਕੰਮ ਕਰਾਏ ਐਮਐਲਏ ਦੀ ਇਲੈਕਸ਼ਨ ਐਮਪੀ ਦੀ ਇਲੈਕਸ਼ਨ ਕੋਲ ਜਿਆਦਾ ਇਹ ਜਿਹੜੀ ਇਲੈਕਸ਼ਨ ਹੈ ਜਿਆਦਾ ਬੜੀ ਮੁਸ਼ਕਲ ਇਲੈਕਸ਼ਨ ਹੁੰਦੀ ਹੈ ਔਰ ਇਹਦੇ ਲਈ ਹਰ ਇੱਕ ਆਦਮੀ ਕੇ ਖੁਸ਼ ਕਰਨਾ ਪੈਂਦਾ ਔਰ ਹਰ ਆਦਮੀ ਕੋਲ ਜੀਤ ਤੋੜ ਮਿਹਨਤ ਕਰਕੇ ਬੋਟ ਮਿਲਦੇ ਨੇ ਔਰ ਮੈਂ ਕੋਸ਼ਿਸ਼ ਕਰਾਂ ਕਿ ਇਹੋ ਗੱਲ ਕਹਾਂਗਾ ਕਿ ਬੜੇ ਅੱਛੇ ਲੋਕਾਂ ਦੀ ਇੱਕ ਸੋਚ ਬੜੀ ਅੱਛੀ ਹੈ ਕਿ ਜਿਹਨੇ ਇਸ ਆਦਮੀ ਨੂੰ ਚੁਣ ਕੇ ਭੇਜਿਆ ਔਰ ਮੈਂ ਵੀ ਉਮੀਦ ਕਰਾਂਗਾ ਕਿ ਸੁਨੀਲ ਚੌਧਰੀ ਜਿੰਦੀ ਉਮੀਦਾਂ ਦਾ ਪੂਰਾ ਖਰਾ ਉਤਰੇਗਾ ਔਰ ਸੁਨੀਲ ਚੌਧਰੀ ਵੀ ਚਾਹੀਦਾ ਕਿ ਇਮਾਨਦਾਰੀ ਨਾਲ ਪੂਰਾ ਇਹਨਾਂ ਲੋਕਾਂ ਦੀ ਬਾਦਸ਼ਾਹ ਕਰਨੀ ਉਹ ਪੂਰਾ ਉਮੀਦ ਹੈ ਸਾਨੂੰ ਕਿ ਸੁਨੀਲ ਚੌਧਰੀ ਜਿੰਦੀ ਉਮੀਦਾਂ ਦੇ ਪੂਰਾ ਉਤਰੇਗਾ ਔਰ ਜਿਸ ਉਮੀਦਾਂ ਦੇ ਲੋਕਾਂ ਬੋਰਡ ਦਿੱਤੇ ਨਾ ਕਿ ਆਂਦੀ ਡਿਵੈਲਪਮੈਂਟ ਦੀ ਮਸਲਾ ਆ ਕਿ ਆਂਦਾ ਕੋਈ ਜਾਤੀ ਮਸਲਾ ਹੋਵੇ ਕਿ ਆ ਕੋ ਪੁਲਿਸ ਦਾ ਰੈਵਨਿਊ ਦਾ ਕੋਈ ਵੀ ਮਸਲਾ ਹੋਵੇ ਇਹ ਪੰਚ ਦੇ ਕੰਮ ਨਾਲ ਮੈਨੂੰ ਲੱਗਦਾ ਕਿ ਸੁਨੀਲ ਚੌਧਰੀ ਪੂਰਾ ਉਹਦੇ ਨਾਲ ਛਾਣੇ-ਵਿਛਾਣੇ ਖੜੇ ਲਿਆਂਗੇ ਔਰ ਇਹ ਮੈਂ ਸੁਨੀਲ ਚੌਧਰੀ ਕੀ ਵਧਾਈ ਦੇਣਾ ਔਰ ਜਿਹੜੇ ਪੰਚ ਦੇ ਇਲੈਕਸ਼ਨ ਨੇ ਪੰਚ ਦੇ ਇਲੈਕਸ਼ਨ ਹੀ ਨਹੀਂ ਹੈ ਇਹ ਇੱਕ ਪੋਲਿਟਿਕਸ ਦੀ ਸ਼ੁਰੂਆਤ ਹੈ ਅੱਜ ਇਹਨੇ ਸ਼ੁਰੂਆਤ ਜਿਹੜੀ ਕੀਤੀ ਹੈ ਕੱਲ ਇਹਦੇ ਕੋ ਸਰਪੰਚ ਵੀ ਬਣ ਗਏ ਉਹਦੇ ਬਾਅਦ ਐਮਐਲਏ ਵੀ ਬਣ ਸਕਦੇ ਨੇ ਤੁਸੀਂ ਦੇਖਿਓ ਹਣਾ ਕਿ ਅੱਜ ਵੀ ਬੜੇ ਸਾਰੇ ਕਾਸੀ ਜਿਹਾ ਸਾਰੇ ਹਿੰਦੁਸਤਾਨ ਚ ਮੈਂਬਰ ਪਾਰਲੀਮੈਂਟ ਦੇ ਹੋਣ ਜਾਂ ਅਸੈਂਬਲੀ ਦੇ ਹੋਣ ਬੜੇ ਸਾਰੇ ਜਿਹੜੇ ਲੋਕ ਜਿੱਤ ਕੇ ਆਏ ਤੇ ਉਹ ਪਹਿਲੇ ਸਰਪੰਚ ਇਹ ਪੰਚ ਇਹ ਕਾਰਪੋਰੇਟਰ ਇਹ ਇੱਕ ਸ਼ੁਰੂਆਤ ਹੈ ਔਰ ਇਹਦੇ ਲਈ ਮੈਂ ਸੁਨੀਲ ਚੌਧਰੀ ਔਰ ਦੇ ਫਾਦਰ ਸਾਹਿਬ ਦੀ ਮੁਬਾਰਕਬਾਦ ਦੇਣਾ ਕਿ ਇਹ ਅੱਛੀ ਸ਼ੁਰੂਆਤ ਹੋਈ ਹੈ ਔਰ ਇਹ ਜਿਹੜੀ ਸ਼ੁਰੂਆਤ ਹੈ ਭਗਵਾਨ ਚੜ੍ਹਦੀ ਕਲਾ ਰੱਖੇ ਅੱਗੇ ਦਿਨ ਬਦਨ ਦਾ ਤਰੱਕੀ ਜਿਹੜੀ ਹੁੰਦੀ ਰਹੇ ਪੂਰੀ ਇਮਾਨਦਾਰ ਹੈ ਲੋਕੇ ਦੀ ਸੇਵਾ ਕਰੇ ਇੱਕ ਸੇਵਾ ਦੀ ਭਾਵਨਾ ਨਾਲ ਇਹ ਇਲੈਕਸ਼ਨ ਜਿਹੜੀ ਨਾ ਜਿੱਤੀ ਹੈ ਔਰ ਇਹਨਾਂ ਨੂੰ ਮੈਂ ਪੂਰੇ ਪਰਿਵਾਰ ਦੀ ਔਰ ਪੂਰੀ ਮਹਲਾ ਬਰਾਦਰੀ ਨੂੰ ਮੁਬਾਰਕਬਾਦ ਦੇਣਾ ਸ਼ੁਕਰੀਆ ਜੈ ਮੇਰਾ ਨਾਮ ਮਨਮੋਹ ਚੌਧਰੀ ਮੈਂ ਜੰਮੂ ਦਾ ਪਹਿਲੇ ਮੇਅਰ ਵੀ ਸਾਂ ਉਸਦੇ ਪਹਿਲੇ ਮੈਂ ਉਸਦੇ ਬਾਅਦ ਮੈਂ ਐਮਓਸ ਰਿਆਂ ਇਸ ਦੇ ਚ ਹੈਲਥ ਵਿੱਚ ਮੇਰੇ ਕੋਲ ਮੈਂ 22 ਚੇਅਰ ਮਾਣਾ ਮੈਡੀਕਲ ਸਪਲਾਈ ਕਰ ਪੇਚੰਦਾ